हां जी सोणयो ਤੇ ਮੈਂ ਤੁਹਾਡਾ ਆਵਦਾ ਵੀਰ ਸਜਾ ਸੱਜਣ ਤੇ ਅੱਜ ਪਿਆਰਿਓ ਤੁਹਾਨੂੰ ਸੁਲਤਾਨੀ ਦਾ ਆਖਰੀ ਇੰਟਰਵਿਊ ਵਹਾਵਾਂਗੇ ਕਿ থাম্বਨੇਲ ਤੇ ਤੁਸੀਂ ਸਹੀ ਪੜਿਆ ਕਿ ਯਾਰ ਸੁਲਤਾਨੀ ਦੀ ਜ਼ਿੰਦਗੀ ਦਾ ਨਾ ਆਖਰੀ ਇੰਟਰਵਿਊ ਤੁਸੀਂ ਵੀ ਵੇਖੋਗੇ ਨਾ ਕਿ ਯਾਰ ਤੁਹਾਡੇ ਵੀ ਹੋਸ਼ ਗੋਮ ਹੋ ਕੇ ਰਹਿ ਜਾਣਗੇ ਕਿ ਯਾਰ ਉਹ ਜਾਂਦਾ ਜਾਂਦਾ ਇਸ ਦੁਨੀਆ ਤੋਂ ਇਹੋ ਜਿਹੀ ਗੱਲਾਂ ਉਹ ਐਸ ਇੰਟਰਵਿਊ ਦੇ ਵਿੱਚ ਕਹਿ ਗਿਆ ਕਿ ਯਾਰ ਤੁਸੀਂ ਵੀ ਵੇਖੋਗੇ ਨਾ ਤੇ ਤੁਸੀਂ ਵੀ ਮੰਨ ਜਾਓਗੇ ਕਿ ਵਾਕਿਆ ਯਾਰ ਉਹ ਦਰਵੇਸ਼ ਇੱਕ ਬੰਦਾ ਹੋਇਆ ਕਿ ਯਾਰ ਉਹ ਫਿਲਮਾਂ ਦੇ ਵਿੱਚ ਤੇ ਕੰਮ ਕਰਦਾ ਰਿਹਾ ਬਾਕੀ ਹੈ ਰੱਬ ਦਾ ਕੋ ਨੇਕ ਬੰਦਾ ਸੀ ਤੋ ਕੀ ਕਹਿੰਦਾ ਸੀ ਤੇ ਜਾਂਦਾ ਜਾਂਦਾ ਕੀ ਸਾਨੂੰ ਕਹਿ ਗਿਆ ਤੇ ਜੇ ਪਿਆਰੇ ਤੁਸੀਂ ਇਹ ਸਟੋਰੀ ਪੂਰੀ ਸੁੰਨਾ ਚਾਹਦੇ ਜੇ ਤੇ ਮੇਰੀ ਵੀਡੀਓ ਨਾਲ ਜੁੜੇ ਰਹੋ ਤੇ ਜੇ ਪਿਆਰੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਦਫਾ ਆਏ ਜੇ ਤੇ ਯਾਰ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ ਤੇ ਅਸੀਂ ਤੁਹਾਨੂੰ ਦਸੀਏ ਕਿ ਯਾਰ ਸੁਲਤਾਨ ਰਹੀ ਜਾਂਦਾ ਜਾਂਦਾ ਕੀ ਕਹਿ ਗਿਆ ਤੇ ਯਾਰੇ ਤੁਸੀਂ ਵੀ ਸੁਣੋਗੇ ਨਾ ਮੈਨੂੰ ਉਮੀਦ ਹੈ ਕਿ ਯਾਰ ਤੁਸੀਂ ਵੀ ਗੁੰਮਸਮ ਹੋ ਕੇ ਰਹਿ ਜਾਓਗੇ ਕਿ ਯਾਰ ਸੁਲਤਾਨ ਹੀ ਇਹੋ ਹੀਆਂ ਗੱਲਾਂ ਕਹਿ ਗਿਆ ਤੇ ਇਹ ਪਿਆਰਿਓ ਇੱਕੋ ਹੀ ਹੁੰਦੀ ਜ਼ਿੰਦਗੀ ਦਾ ਆਖਰੀ ਇੰਟਰਵਿਊ ਪਿਆ ਜੇ ਤੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੇ ਆ ਕਿ ਸੁਲਤਾਨੀ ਕੀ ਕਹਿੰਦਾ ਸੀ ਕਿ ਉਹ ਕਹਿੰਦਾ ਸੀ ਕਿ ਜਦੋਂ ਮੇਰੀ ਪਹਿਲੀ ਫਿਲਮ ਬਸ਼ੀਰਾ ਲੱਗੀ ਸੀ ਨਾ ਤੇ ਉਸ ਤੋਂ ਬਾਅਦ ਕਿ ਮੈਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾਣਾ ਸਣਾ ਤੇ ਲੋਕੀ ਮੈਨੂੰ ਕਹਿੰਦੇ ਨੇ ਸਨ ਉਹ ਬਸ਼ੀਰਾ ਡਾਕੂ ਆ ਗਿਆ ਜੀ ਤੇ ਆਓ ਹੁਣ ਤੁਹਾਨੂੰ ਅਸੀਂ ਸੁਲਤਾਨੀ ਦੇ ਮੂੰਹ ਸੁਣਾਇਏ ਤੇ ਇਹ ਜਿਹੜਾ ਸੁਲਤਾਨੀ ਦਾ ਕਲਿੱਪ ਵੇਖੋ ਬਸ਼ੀਰੇ ਬਸ਼ੀਰਾ ਬਿਲ ਬਸ਼ੀਰਾ ਡਾਕੂ ਕਰਾਚੀ ਮੈਂ ਕਦੇ ਵੀ ਗਿਆ ਹਾਂ ਤਾਂ ਮੈਨੂੰ ਲੋਕੋ ਨੇ ਕਰਾਚੀ ਕੀ ਕਹ ਅਰੇ ਬਸ਼ੀਰਾ ਡਾਕੂ ਆ ਗਿਆ ਜੀ ਹਾਂਜੀ ਵੇਖ ਲਿਆ ਜੀ ਕੀ ਕਹਿ ਰਿਹਾ ਸੁਲਤਾਨੀ ਕਿ ਮੈਂ ਕਰਾਚੀ ਜਿੱਦੋ ਵੀ ਜਾਂਦਾ ਸਣਾ ਤੇ ਮੈਨੂੰ ਕਰਾਚੀ ਵਾਲੇ ਕਹਿੰਦੇ ਬਸ਼ੀਰਾ ਡਾਕੂ ਆ ਗਿਆ ਕੀ ਕਹਿੰਦੇ ਹਨ ਬਸ਼ੀਰਾ ਡਾਕੂ ਆ ਗਿਆ ਤੇ ਪਿਆਰਿਓ ਫਿਲਮ ਤੋਂ ਬਾਅਦ ਏ ਸੁਲਤਾਨੀ ਨੂੰ ਬਸ਼ੀਰਾ ਡਾਕੂ ਦੇ ਨਾਂ ਤੋਂ ਬੜਾ ਹੀ ਮਸ਼ਹੂਰ ਹੋਇਆ ਤੇ ਉਸ ਤੋਂ ਬਾਅਦ ਪਿਆਰਿਓ ਇਹਦੀ ਫਿਲਮ ਵੈਸ਼ੀ ਜੱਟ ਲੱਗੀ ਤੇ ਵੈਸ਼ੀ ਜੱਟ ਦੇ ਵਿੱਚ ਇਹਨੂੰ ਗਡਾਸਾ ਫੜਾ ਦਿੱਤਾ ਗਡਾਸਾ ਫੜਾ ਦਿੱਤਾ ਤੇ ਪਿਆਰਿਓ ਉਸ ਤੋਂ ਬਾਅਦ ਫਿਰ ਇਹਨੇ ਐਕਸ਼ਨ ਹੀਰੋ ਦੇ ਕੰਮ ਕੀਤੇ ਨੇ ਕਿ ਐਕਸ਼ਨ ਫਿਲਮਾਂ ਕੀਤੀਆਂ ਨੇ ਕਿ ਇੱਥੋਂ ਦਿਕਰਾ ਕਿ ਯਾਰ ਇਹ ਸੈਂਟਰਵਿਊ ਦੇ ਵਿੱਚ ਉਹ ਕਹਿੰਦਾ ਕਿ ਯਾਰ ਮੇਰੇ ਕੋਲ ਕੰਮ ਲੈ ਲਓ ਕਿ ਮੈਂ ਐਕਸ਼ਨ ਕੰਮ ਕਰ ਕਰ ਕੇ ਥੱਕ ਗਿਆ ਕੀ ਹੋਇਆ ਕਿ ਮੈਂ ਥੱਕ ਗਿਆ ਤੇ ਫਿਲਮ ਬਸ਼ੀਰਾ ਵੀ ਆਂਦੀ ਪਿਆਰਿਓ ਬੜੀ ਸੁਪਰ ਹਿੱਟ ਗਈ ਤੇ ਅਸੀਂ ਆਓ ਤੁਹਾਨੂੰ ਉਹੋ ਹੀ ਉਹਨ ਕਲਿੱਪ ਵਹਾਈਏ ਕਿ ਜਿੱਥੇ ਸੁਲਤਾਨੀ ਕਹਿਣ ਦਿਆ ਕਿ ਯਾਰ ਮੈਂ ਐਕਸ਼ਨ ਕਰ ਕਰਕੇ ਨਾ ਉਹ ਨਾ ਹੋਵਾਂ ਕਿ ਮੈਂ ਕੰਮ ਕਰਨ ਤੋਂ ਬਗੈਰ ਹੀ ਇਸ ਦੁਨੀਆ ਤੋਂ ਟੁਰ ਜਾਵਾਂ ਤੇ ਆ ਜਰਾ ਸੁਲਤਾਨੀ ਦੇ ਮੂੰਹ ਸੁਣੋ ਐਕਟਿੰਗ ਮੇਰੇ ਤੋਂ ਬਹੁਤ ਦੂਰ ਹੈ ਔਰ ਅਗਰ ਇਸੇ ਤਰ੍ਹਾਂ ਦਾ ਨੈਸਾ ਤੋਦਾਰਾ ਐਕਸ਼ਨ ਐਕਸ਼ਨ ਤਾਂ ਹੋ ਸਕਦਾ ਕਿ ਮੈਂ ਬਗਾਰ ਕੰਮ ਕੀ ਮਰੀ ਜਾਵਾਂ ਹਾਂਜੀ ਸੁਣ ਲਿਆ ਜੀ ਏ ਪਿਆਰਿਓ ਸੁਲਤਾਨ ਦੀ ਜ਼ਿੰਦਗੀ ਦਾ ਆਖਰੀ ਇੰਟਰਵਿਊ ਕਿ ਜਿਹੜਾ YouTube ਤੇ ਪਿਆ ਇਹ ਤੁਸੀਂ ਵੀ ਜਾ ਕੇ ਵੇਖੋ ਨਾ ਤੇ ਯਾਰ ਤੁਹਾਡੇ ਵੀ ਹੋਸ਼ ਗੁੰਮ ਹੋ ਕੇ ਰਹਿ ਜਾਣਗੇ ਤੇ ਅਸੀਂ ਤੇ ਤੁਹਾਨੂੰ ਟੋਟੇ ਕੱਟ ਕੇ ਵਿਹਾਏ ਨੇ ਨਾ ਤੇ ਜੇ ਤੁਸੀਂ ਪੂਰਾ ਸੁਣ ਲਿਆ ਨਾ ਤੇ ਤੁਹਾਡੇ ਤੌਰ ਪਰ ਪੈ ਜਾਣਗੇ ਕਿ ਯਾਰ ਸੁਲਤਾਨ ਹੀ ਇਹੋ ਜਿਹਾ ਬੰਦਾ ਕਿ ਇਹੋ ਹੀਆਂ ਗੱਲਾਂ ਕਰ ਗਿਆ ਕਿ ਉਹ ਜਿਹੜੀਆਂ ਅੱਜ ਸਾਰੀਆਂ ਪੂਰੀਆਂ ਹੋਣ ਡੀਆਂ ਤੇ ਪਿਆਰਿਓ ਪਾਕਿਸਤਾਨ ਦਾ ਸਭ ਤੋਂ ਵੱਡਾ ਅਦਾਕਾਰ ਹੋਇਆ ਤੇ ਸੁਲਤਾਨ ਹੀ ਹੋਇਆ ਕਿ ਯਾਰ ਇਹ ਜੋ ਵੀ ਕਹਿੰਦਾ ਸੀ ਨਾ ਤੇ ਦਰਵੇਸ਼ੀ ਲੈਣ ਦਾ ਬੰਦਾ ਸੀ ਕਿ ਉਹ ਗੱਲਾਂ ਕਿਉ ਪਿਆਰਿਓ ਗਰੀਬਾਂ ਦੀ ਮਦਦ ਕਰਨ ਵਾਲਾ ਲਚਾਰਾਂ ਦੀ ਮਦਦ ਕਰਨ ਵਾਲਾ ਹੋਇਆ ਤੇ ਇਹ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ ਹਾਜੀ ਸੁਲਤਾਨੀ ਦੇ ਬਾਰੇ ਤੇ ਜੇ ਪਿਆਰਿਓ ਤੁਸੀਂ ਮਜ਼ੀਦ ਇਹੋ ਜੀਆਂ ਜਾਣਕਾਰੀ ਵਾਲੀਆਂ ਸਟੋਰੀਆਂ ਸੁੰਨਣਾ ਚਾਹਦੇ ਜੇ ਜਾਂ ਵੇਖਣਾ ਚਾਹਦੇ ਜੇ ਤੇ ਪਿਆਰਿਓ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਦੇ ਵਿੱਚ ਆਪਦੀ ਰਾਏ ਦਾ ਜ਼ਹਾਰ ਜ਼ਰੂਰ ਕਰਿਆ ਕਰੋ ਤੇ ਨਾਲੇ ਪਿਆਰਿਓ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਵੇਰ